ਛੋਟੇ ਛੋਟੇ ਦੇ ਸਵਾਲ ਨੇ, ਜਿਵੇਂ ਆਪਾਂ ਨੂੰ ਲੱਗਦਾ ਹੁੰਦਾ ਤੁਸੀਂ ਵੀ ਸਮਾਰਟ ਵਾਚ ਪਾਈ ਆ, ਮੈਂ ਵੀ ਪਾਈ ਆ, ਆਪਣੇ ਕੋਲ ਫੋਨ ਪਏ ਨੇਗੇ ਆਪਣੇ, ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਕਿ ਜੋ ਗੱਲ ਅਸੀਂ ਆਪਣੇ ਫੋਨ ਕੋਲ ਬੈਠਿਆਂ ਕੋਲ ਕੀਤੀ ਅਤੇ ਜਦੋਂ ਅਸੀਂ ਆਪਣਾ ਫੋਨ ਔਨ ਕੀਤਾ ਤਾਂ ਉਹੀ ਚੀਜ਼ਾਂ ਤੁਹਾਨੂੰ ਤੁਹਾਡੇ ਫੋਨ ਦੀ ਸਕਰੀਨ 'ਤੇ ਦਿਸ ਰਹੀਆਂ ਨੇ। ਜਿੱਦਾਂ ਅਸੀਂ ਇੱਕ ਦਿਨ ਗੱਲ ਕਰ ਰਹੇ ਸੀ ਕਿ ਪੈਨ ਕੇਕ ਬਣਾਉਂਦੇ ਹਾਂ, ਤਾਂ ਸਾਨੂੰ ਸੀਗਾ ਕਿ ਇੱਕ ਵਾਰੀ ਚਲੋ ਰੈਸਪੀ ਦੇਖ ਲਈ, ਤਾਂ ਜਦੋਂ ਫੋਨ ਔਨ ਕੀਤਾ ਤਾਂ ਉਹਦੇ ਯੂਟਿਊਬ 'ਤੇ ਸਭ ਤੋਂ ਪਹਿਲੀ ਚੀਜ਼ ਹੀ ਪੈਨ ਕੇਕ ਰੈਸਪੀ ਪਈ ਸੀਗੀ। ਸੋ ਕਦੇ ਕਦੇ ਆਮ ਭਾਸ਼ਾ 'ਚ ਆਪਾਂ ਕਹਿ ਦਿੰਦੇ ਕਿ ਸਾਡਾ ਫੋਨ ਵੀ ਸਾਨੂੰ ਸੁਣਦਾ, ਕਿ ਵਾਕਈ ਸਾਡਾ ਫੋਨ ਸਾਨੂੰ ਸੁਣ ਰਿਹਾ ਕੀ? ਤਾਂ ਚਲੋ ਬਹੁਤ ਵੈਸੇ ਪਬਲਿਕ ਡੋਮੇਨ 'ਚ ਸਾਰਾ ਕੁਛ ਆ ਚੁੱਕਿਆ ਜੀ, ਇਕੱਲਾ ਸੁਣਦਾ ਨਹੀਂ ਉਹ, ਉਹ ਦੇਖਦਾ ਵੀ ਹੈ। iOS 18 ਦੀ ਆਪਾਂ ਗੱਲ ਕੀਤੀ, ਉਹਦੇ 'ਚ ਇੱਕ ਫੀਚਰ ਹੈ ਜੀ ਕਿ ਤੁਸੀਂ ਫੋਨ ਐਂ ਫੜ ਲਓ ਅਤੇ ਉਦੋਂ ਬਾਅਦ ਜਿੱਥੇ ਜਿੱਥੇ ਅੱਖਾਂ ਲਿਜਾਈ ਜਾਓਗੇ ਉਵੇਂ ਉਵੇਂ ਤੁਸੀਂ, ਤੁਹਾਨੂੰ ਹੱਥ ਲਾ ਕੇ ਚਲਾਉਣ ਦੀ ਲੋੜ ਨਹੀਂ, ਤੁਸੀਂ ਅੱਖਾਂ ਨਾਲ ਚਲਾ ਲਓ। ਮੈਂ ਤੁਹਾਨੂੰ ਹੁਣੇ ਇਸ ਤੋਂ ਬਾਅਦ ਚਲਾ ਕੇ ਦਿਖਾ ਦੂੰਗਾ ਕਿ ਵੀ ਤੁਸੀਂ ਹੱਥ ਨਹੀਂ ਲਾਉਣਾ। ਉਹ ਕੀ ਕਰ ਰਿਹਾ? ਉਹ ਅੱਖਾਂ ਨੂੰ ਟਰੈਕ ਕਰ ਰਿਹਾ ਹੈ ਨਾ। ਜਿਹੜਾ ਇੱਕ CIA ਏਜੰਟ ਸੀ ਜੀ ਐਡਵਰਡ ਸਨੋਡਨ, ਉਹਨੇ ਇੱਕ ਕਾਫੀ ਮੇਜਰ ਰਿਵੀਲੇਸ਼ਨਸ ਕੀਤੀਆਂ ਸੀਗੀਆਂ ਕਿ ਤੁਹਾਡਾ ਜਿਹੜਾ ਫੋਨ ਆ ਜਾਂ ਤੁਹਾਡੇ ਲੈਪਟਾਪ ਨੇ ਜਾਂ ਕੰਪਿਊਟਰ ਨੇ, ਉਹਨਾਂ 'ਤੇ ਕਿਸ ਤਰ੍ਹਾਂ ਕੰਪਨੀਜ਼ ਦਾ ਕੰਟਰੋਲ ਹੈ। ਤਾਂ ਉਹਨਾਂ ਨੇ ਉਹਦੀ ਇੱਕ ਉਹਦੀ ਲਾਈਫ 'ਤੇ ਇੱਕ ਡਾਕੂਮੈਂਟਰੀ ਹੈ ਸਨੋਡਨ ਨਾਮ ਤੋਂ ਹੀ, ਉਹਦੇ 'ਚ ਵੀ ਉਹਨਾਂ ਨੇ ਬਹੁਤ ਕਲੀਅਰਲੀ ਇੱਕ ਲੇਮੈਨ ਦੀ ਲੈਂਗੁਏਜ 'ਚ ਦਿਖਾਇਆ ਹੈ ਕਿ ਜੇ ਮੰਨ ਲਓ ਇਹ ਫੋਨ ਪਏ ਆ ਜੀ, ਤਾਂ ਇਹਨੂੰ ਉਹ ਕੰਪਨੀ ਵਾਲੇ ਜਿਨ੍ਹਾਂ ਦਾ ਇਹਦੇ 'ਚ ਓਪਰੇਟਿੰਗ ਸਿਸਟਮ ਹੈ, ਉਹ ਇਕੱਲੀ ਆਡੀਓ ਨਹੀਂ ਸੁਣ ਰਹੇ ਹੁਣ ਉਹ ਸਾਡੀ ਸਾਰੀ ਗੱਲਬਾਤ, ਉਹ ਇਹਦੇ ਜਿਹੜਾ ਮਰਜ਼ੀ ਕੈਮਰਾ ਫਰੰਟ ਜਾਂ ਬੈਕ ਉਹਨੂੰ ਐਂ ਲਾਈਵ ਵੇਖਦੇ ਰਹਿ ਸਕਦੇ ਔਰ ਸਾਨੂੰ ਪਤਾ ਵੀ ਨਹੀਂ ਲੱਗੂਗਾ। ਅੱਛਾ, ਇਸੇ ਚੀਜ਼ ਨੂੰ ਲੈ ਕੇ ਜਦੋਂ ਕਾਫੀ ਵਰਲਡ ਦੇ ਵਿੱਚ ਇਸ ਚੀਜ਼ 'ਤੇ ਗੱਲਬਾਤ ਹੋਈ ਤਾਂ ਐਪਲ ਨੇ ਕੀ ਕੀਤਾ ਜੀ ਕਿ ਉਹਨੇ ਕਿਹਾ ਜੀ ਜੇ ਮੇਰੀ ਡਿਵਾਈਸ ਦਾ ਕੈਮਰਾ ਆਉਣਾ ਉਹਨਾਂ 'ਤੇ ਇੱਕ ਗ੍ਰੀਨ ਲਾਈਟ ਜਗੂ, ਤੁਸੀਂ ਦੇਖਦੇ ਹੋਣੇ ਆ, ਪਹਿਲਾਂ ਜਗਦੀ ਨਹੀਂ ਸੀ ਉਹ, ਤਾਂ ਉਹ ਉਹਨਾਂ ਨੇ ਇਸੇ ਲਈ ਕੀਤਾ ਵੀ ਜਦੋਂ ਕੋਈ ਥਰਡ ਪਾਰਟੀ ਦਾ ਕੈਮਰਾ ਯੂਜ਼ ਕਰੂ ਤਾਂ ਉਦੋਂ ਤੁਹਾਨੂੰ ਪਤਾ ਲੱਗ ਜੂ। ਹੁਣ ਅਗੇਨ ਉਹ ਕੋਡ 'ਚ ਕੰਡੀਸ਼ਨ ਕੀ ਹੈ? ਜੇ ਉਹਨਾਂ ਨੇ ਆਪ ਵੇਖਣਾ ਫਿਰ ਉਹਨਾਂ ਨੇ ਲਾਈਟ ਜਗਾਉਣੀ ਜਾਂ ਨਹੀਂ, ਇਹ ਤਾਂ ਉਹਨਾਂ ਦੇ ਹੱਥ 'ਚ ਨਾ ਜੀ। ਬਿਲਕੁਲ। ਜਾਂ ਹੁਣੇ ਆਪਾਂ ਮਤਲਬ ਜੇ ਆਪਾਂ ਇਹਦਾ ਲਾਈਵ ਡੈਮੋ ਦੇਖ ਲਈਏ ਨਾ ਜੀ, ਜਾਂ ਆਪਾਂ ਪਬਲਿਕ ਨੂੰ ਕਿਤੇ ਦੇਖਣ ਦਾ ਮੌਕਾ ਮਿਲੇ ਕਿ ਇਹਦੇ ਰਾਹੀਂ ਕਿਸ ਤਰ੍ਹਾਂ ਸੁਣਿਆ ਦੇਖਿਆ ਸਭ ਕੁਛ ਕੀਤਾ ਜਾਂਦਾ, ਤਾਂ ਸ਼ਾਇਦ ਅਸੀਂ ਇਹਨੂੰ ਹੱਥ ਨਾ ਲਾਈਏ ਕਦੇ। ਜਿਵੇਂ ਨਾ ਇਹ ਦੁਸ਼ਮਣ ਦੇ ਸਿਪਾਹੀ ਨੂੰ ਆਪਦੇ ਘਰੇ ਰੱਖਣ ਵਾਲੀ ਗੱਲ ਹੈ ਕਿ ਤੁਹਾਨੂੰ ਹਰ ਟਾਈਮ ਕੋਈ ਨਾ ਕੋਈ ਵੇਖ ਰਿਹਾ ਵਾਚ ਰਿਹਾ, ਤੇ ਉਹ ਉਹਦੇ ਨਾਲ ਜਿਹੜੀ ਤੁਸੀਂ ਕਹਿੰਦੇ ਐਡ ਦਿਖਾਉਣੀ ਜਾਂ ਉਹਦੇ ਰਿਲੇਟਡ ਕੰਟੈਂਟ ਦਿਖਾਉਣਾ ਤਾਂ ਬਹੁਤ ਛੋਟੀ ਗੱਲ ਹੈ। ਮਤਲਬ ਇੰਨੀ ਕੁ ਚੀਜ਼ ਤਾਂ ਅਸੀਂ ਇੱਥੇ ਕਰ ਦਿੰਦੇ ਮੋਹਾਲੀ ਬਹਿ ਕੇ ਕਿ ਵੀ ਜਿਹੜੀ ਐਲਗੋਰਿਦਮ ਆ ਉਹ ਇੰਨੀ ਕੁ ਸਮਾਰਟ ਹੋਵੇ ਕਿ ਤੁਹਾਡੀ ਆਡੀਓ ਕੰਟੈਂਟ ਸੁਣ ਕੇ ਤੁਹਾਨੂੰ ਉਸ ਤਰ੍ਹਾਂ ਦਾ ਕੰਟੈਂਟ ਰੈਕਮੈਂਡ ਕਰ ਦੇ, ਤੇ ਜੇ ਅਸੀਂ ਇੱਥੇ ਬੈਠੇ ਕਰ ਦਿੰਦੇ ਇੰਨੀ ਕੁ ਚੀਜ਼ ਤਾਂ ਤੁਸੀਂ ਹਿਸਾਬ ਲਾਓ ਕਿ ਇਹ ਜਿਹੜੇ ਲੈਵਲ 'ਤੇ ਚੀਜ਼ਾਂ ਨੇ ਉੱਥੇ ਕੀ ਕੀ ਹੋ ਜਾਂਦਾ।